नमस्कार सत्सकार दोस्तों, मैं तुहाडा अपना अश्विनी कुमार शर्मा ते मेरे नाल है अनुष्का। अज आपां गलबात करांगे, जिवें कि तुसीं सारे जाणदे हैगे आ कि जिला हुशियारपुर दे विच बहुत सारियां चोरियां चकारियां जिहड़ियां नित प्रति हो रहियां हैगियां। कितें स्कूटर चोरी, कितें मोटरसाइकिल चोरी, कितें दिन दिहाड़े ही घरां दे विच चोर जांदे ने ते चोरियां करके रफू चक्कर हो जांदे आ। ते ATM ਨੂੰ ਇੱਥੇ ਤੱਕ ਕਿ ਜਿਹੜਾ ਗੈਸ ਕਟਰ ਦੇ ਨਾਲ ਕੱਟਿਆ ਜਾ ਰਿਹਾ ਹੈ ਤੇ ਪੁਲਿਸ ਜਿਹੜੀ ਆ ਮੂਕ ਦਰਸ਼ਕ ਬਣ ਕੇ ਵੀ ਆ ਬੈਠੀ ਹੋਈ ਹੈਗੀ ਆ। ਫਿਲਹਾਲ ਹਰ ਰੋਜ਼ ਹੀ ਕੋਈ ਇਹੋ ਜਿਹਾ ਦਿਨ ਨਹੀਂ ਹੈਗਾ ਜਿਸ ਦਿਨ ਚੋਰੀਆਂ ਨਾ ਹੁੰਦੀਆਂ ਹੋਣ। ਇਹਦੇ ਸੰਬੰਧ ਵਿੱਚ ਆਪਾਂ ਅੱਜ ਚਰਚਾ ਕਰਾਂਗੇ ਅਨੁਸ਼ਕਾ ਦੇ ਨਾਲ। ਹਾਂਜੀ ਅਨੁਸ਼ਕਾ ਜੀ, ਤੁਸੀਂ ਵੀ ਹਰ ਰੋਜ਼ ਖ਼ਬਰਾਂ ਦੇ ਵਿੱਚ ਰਹਿੰਦੇ ਹੋ, ਖ਼ਬਰਾਂ ਪੜ੍ਹਦੇ ਹੋ, ਸੁਣਦੇ ਹੋ, ਖ਼ਬਰਾਂ ਕਰਦੇ ਹੋ, ਚੋਰੀਆਂ ਦਾ ਕੀ ਕਾਰਨ ਕੀ ਹੈਗਾ ਜਿਹੜੀਆਂ ਹਰ ਰੋਜ਼ ਹੀ ਚੋਰੀਆਂ ਹੋ ਰਹੀਆਂ, ਪੁਲਿਸ ਦੀ ਪਕੜ ਤੋਂ ਦੂਰ ਹੈ ਗਏ ਚੋਰ? ਜਿਹੜੀਆਂ ਚੋਰੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਹੈ ਇਹ ਦਿਨੋ ਦਿਨ ਵੱਧ ਰਹੀਆਂ ਨੇ, ਜੋ ਕਿ ਇੱਕ ਬਹੁਤ ਹੀ ਚਿੰਤਾ ਵਾਲੀ ਗੱਲ ਹੈਗੀ ਆ। ਮੈਨੂੰ ਪਿੱਛੇ ਨੇ ਜਿਹੜੇ ਕਾਰਨ ਲੱਗਦੇ ਹੈਗੇ ਆ, ਦੋ ਹੀ ਕਾਰਨ ਲੱਗਦੇ ਆ ਜ਼ਿਆਦਾਤਰ ਜੋ ਵੀ ਸਾਹਮਣੇ ਆ ਰਹੇ ਆ। ਇੱਕ ਤਾਂ ਹੈਗਾ ਬੇਰੋਜ਼ਗਾਰੀ, ਕਿਉਂਕਿ ਨੌਜਵਾਨਾਂ ਚ ਦਿਨੋ ਦਿਨ ਦਿਨ ਪ੍ਰਤੀ ਦਿਨ ਬੇਰੋਜ਼ਗਾਰੀ ਵੱਧਦੀ ਜਾ ਰਹੀ ਹੈਗੀ। ਹਾਈ ਜੀ, ਪੜ੍ਹੇ ਲਿਖੇ ਬੰਦੇ, ਤੁਸੀਂ ਇਹ ਦੇਖੋ, ਕੱਲ ਪਰਸੋਂ ਵੀ ਮੈਂ ਇੱਕ ਦੇਖਿਆ ਰਿਕਸ਼ਾ, ਈ ਰਿਕਸ਼ਾ ਚਲਾ ਰਿਹਾ ਬੰਦਾ, ਐਮਏ ਪਾਸ ਬੰਦਾ। ਬੜੀ ਅੱਛੀ ਗੱਲ ਹੈ, ਚਲੋ ਕੁਛ ਨਾ ਕੁਛ ਅਗਲਾ ਕਰਤੇ ਰਿਹਾ, ਮਿਹਨਤ ਕਰ ਰਿਹਾ, ਬਟ ਉਹਦੀ ਇੰਨੀ ਸਟੱਡੀ, ਕਿੰਨਾ ਪੈਸਾ ਅੱਜ ਕੱਲ ਤੁਸੀਂ ਦੇਖਦੇ ਆ, ਤੁਸੀਂ ਵੀ ਬੱਚੇ ਪੜ੍ਹਾ ਰਹੇ ਆ, ਮੈਂ ਵੀ ਪੜ੍ਹਾ ਰਹੀ ਹਾਂ, ਕਿੰਨਾ ਪੈਸਾ ਖਰਚ ਹੁੰਦਾ ਆ ਪੜ੍ਹਾਈਆਂ ਦੇ। ਤੇ ਅੱਗੋਂ ਫਿਰ ਜੇ ਮਾਂ ਬਾਪ ਬੱਚੇ ਨੂੰ ਕੁਛ ਬਣਾਉਣਾ ਚਾਹੁੰਦੇ ਆ, ਕੁਛ ਪੜ੍ਹਾਈਆਂ ਤੇ ਇੰਨਾ ਪੈਸਾ ਖਰਚ ਕਰਦੇ ਆ, ਤੇ ਬੱਚਾ ਅੱਗੋ ਬੱਚੇ ਨੂੰ ਨੌਕਰੀ ਤੱਕ ਨਾ ਮਿਲੇ ਇੱਕ 10-12 ਹਜ਼ਾਰ ਦੀ, ਤਾਂ ਫਿਰ ਕੀ ਕਰਨਾ ਇਹੋ ਜਿਹੀਆਂ ਡਿਗਰੀਆਂ ਨੂੰ? ਬੱਚਾ ਡਿਪਰੈਸ਼ਨ ਚ ਆ ਜਾਂਦਾ, ਮਾਂ ਬਾਪ ਜਿਹੜੇ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਹੈਗੇ ਆ, ਇਹਦੇ ਕਾਰਨ ਜਿਹੜਾ ਹੈਗਾ। ਫਿਰ ਦੂਸਰਾ ਕਾਰਨ ਜਿਹੜਾ ਕੀ ਆ, ਨਸ਼ੇ, ਨਸ਼ਾ ਮੁਕਤ ਕਹਿੰਦੇ ਕਿ ਪੰਜਾਬ ਅਸੀਂ ਕਰ ਦੇਣਾ, ਨਸ਼ੇ ਨੂੰ ਖਤਮ ਕਰ ਦੇਣਾ ਜੜ ਤੋਂ, ਉਹ ਖਤਮ ਕਰਨ ਦੀ ਬਜਾਏ ਉਹ ਜ਼ਿਆਦਾ ਮੈਨੂੰ ਲੱਗਦਾ ਵੱਧਦੇ ਆ, ਵੱਧ ਗਿਆ। ਠੀਕ ਹੈ, ਜਿੱਥੇ ਦੇਖੋ ਤੁਸੀਂ ਪਾਰਕਾਂ ਦੇ ਵਿੱਚ ਚਲ ਜਾਓ, ਅੱਜ ਕੱਲ ਪਾਰਕਾਂ ਦੇ ਵਿੱਚ ਵੀ ਜਾਣ ਦਾ ਕੋਈ ਮਾਹੌਲ ਨਹੀਂ ਹੈਗਾ, ਗੰਦੇ ਗੰਦੇ ਉਹਦੇ ਪੈਕਟ ਪਏ ਹੁੰਦੇ ਨਸ਼ਿਆਂ ਦੇ, ਗੁਟਕਿਆਂ ਦੇ ਇੰਜੈਕਸ਼ਨ ਪਏ ਹੁੰਦੇ ਆ, ਤੇ ਇਹਦੇ ਇਸ ਤੋਂ ਪਤਾ ਲੱਗਦਾ ਹੈ ਕਿ ਨਸ਼ੇ ਵੀ ਬਹੁਤ ਜ਼ਿਆਦਾ ਉਨੇ ਵੱਧ ਰਹੇ ਜਿੰਨੀ ਬੇਰੋਜ਼ਗਾਰੀ ਵੱਧ ਰਹੀ। ਇਹਦਾ ਮਤਲਬ ਇਹੀ ਹੈਗਾ ਕਿ ਨੰਬਰ ਇੱਕ ਬੇਰੋਜ਼ਗਾਰੀ ਜਿਹੜੀ ਹੈਗੀ ਆ, ਬੇਰੋਜ਼ਗਾਰੀ ਦੇ ਕਾਰਨ ਵੀ ਜਿਹੜੇ ਆ ਇਹ ਜਿਹੜੀਆਂ ਚੋਰੀਆਂ ਚਕਾਰੀਆਂ ਜਿਹੜੀਆਂ ਹੈਗੀਆਂ ਹੋ ਰਹੀਆਂ ਹੈਗੀਆਂ, ਕੰਮ ਕਾਰ ਕਿਸੇ ਦੇ ਕੋਲ ਹੈ ਨਹੀਂ। ਦੂਸਰਾ ਜਿਹੜਾ ਹੈਗਾ ਨਸ਼ਾ, ਨਸ਼ੇ ਦੀ ਪੂਰਤੀ ਦੇ ਵਾਸਤੇ ਜਿਹੜੀਆਂ ਹੈ, ਵੀ ਨਸ਼ਾ ਜਿਹੜਾ ਆ ਗਿਆ, ਜੋ ਜਿਸ ਬੰਦੇ ਨੂੰ ਨਸ਼ਾ ਲੱਗ ਗਿਆ ਉਹਨੇ ਨਸ਼ੇ ਦੀ ਆਪਣੀ ਪੂਰਤੀ ਕਰਨ ਦੇ ਵਾਸਤੇ ਜਿਹੜਾ ਹੈਗਾ ਚੋਰੀਆਂ ਚਕਾਰੀਆਂ ਕਰਨੀਆਂ ਹੈਗੀਆਂ। ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ? ਦੇਖੋ ਜੀ ਸ਼ਰਮਾ ਜੀ, ਤੀਸਰਾ ਜਿਹੜਾ ਕਾਰਨ ਮੇਰੇ ਸਾਹਮਣੇ ਉਹ ਵੀ ਨਜ਼ਰ ਆ ਰਿਹਾ, ਮਹਿੰਗਾਈ ਵੱਧ ਰਹੀ ਹੈ ਜਿਹੜੀ ਵੱਧਦੀ ਆ, ਉਹਦੇ ਕਾਰਨ ਵੀ ਲੋਕ ਜਿਹੜੇ, ਦੇਖੋ ਤੁਸੀਂ ਹੁਣ ਹੁਸ਼ਿਆਰਪੁਰ ਦੀ ਗੱਲ ਕਰੀਏ ਤੇ ਹੁਸ਼ਿਆਰਪੁਰ ਇੱਕ ਬਹੁਤ ਛੋਟਾ ਜਿਹਾ ਸ਼ਹਿਰ ਆ, ਹਨਾ। ਮੈਂ ਪਹਿਲਾਂ ਵੀ ਗੱਲ ਤੁਹਾਨੂੰ ਦੱਸੀ ਸੀ ਕਿ ਜ਼ਿਆਦਾ ਕੋਈ ਵੱਡਾ ਹੀ ਵੱਡੀ ਮੇਜਰ ਸਿਟੀ ਨਹੀਂ ਹੈਗੀ, ਕੋਈ ਵੀ ਬੰਦਾ ਕਿਤੇ ਵੀ ਜਿੱਥੇ ਜੋਬ ਕਰਦਾ ਆ ਉਹਨੂੰ 8-10 ਹਜ਼ਾਰ ਰੁਪਏ ਤੋਂ ਜ਼ਿਆਦਾ ਕੋਈ ਨੀ ਮਿਲਦਾ ਹੈਗਾ, ਤੇ 8-10 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਕਿੱਦਾਂ ਗੁਜ਼ਾਰਾ ਕਰੋਗੇ ਇੰਨੀ ਮਹਿੰਗਾਈ ਦੇ ਵਿੱਚ? 1100 ਦਾ ਸਿਲੰਡਰ ਹੋਇਆ ਪਿਆ, ਸਬਜ਼ੀਆਂ ਨੂੰ ਨੀ ਹੱਥ ਲੱਗਦੇ ਹੈਗੇ, ਫਰੂਟ ਦੇਖੋ, ਫਲ ਫਰੂਟ, ਦਾਲਾਂ 100-150 ਰੁਪਏ ਕਿਲੋ ਤਾਂ ਦਾਲ ਹੀ ਹੋਈ ਆ। ਬਿਲਕੁਲ ਬਿਲਕੁਲ, ਸਬਜ਼ੀ ਲੈਣ ਚਲ ਜਾਓ, ਹਰੀ ਸਬਜ਼ੀ ਲੈਣ ਚਲ ਜਾਓ, 500 ਰੁਪਏ ਖੁੱਲ ਜਾਂਦਾ। ਬਿਲਕੁਲ ਜੀ, ਤੁਸੀਂ ਇੱਕ ਸਬਜ਼ੀ ਲੈਣ ਵੀ ਜਾਓਗੇ ਨਾ, ਤੁਹਾਡੀ ਜੇਬ ਚ 500 ਤਾਂ ਹੋਣਾ ਹੀ ਚਾਹੀਦਾ ਹੈ, ਆਲੂ ਪਿਆਜ਼ ਇਹ ਸਭ ਲੈਂਦੇ ਲੈਂਦੇ 500 ਖਤਮ ਹੋ ਜਾਂਦਾ, ਪਤਾ ਹੀ ਨੀ ਲੱਗਦਾ। ਤੇ ਮਹਿੰਗਾਈ ਵੀ ਬਹੁਤ ਵੱਧ ਰਹੀ ਆ, ਇਹਨਾਂ ਚੀਜ਼ਾਂ ਨੂੰ ਜਿਹੜੀਆਂ ਲੈ ਕੇ ਨਾ ਲੋਕ ਫਿਰ ਜਦੋਂ ਆਪਣੇ ਘਰ ਦਾ ਖਰਚਾ ਮਜਬੂਰੀ ਕਹਿ ਲਓ, ਮਜਬੂਰਨ ਦੇ ਨਾਲ ਹੀ ਲੋਕ ਚੋਰੀਆਂ ਤੇ ਉਤਰ ਆਉਂਦੇ ਆ। ਸੋ ਪ੍ਰਸ਼ਾਸਨ ਨੂੰ ਚਾਹੀਦਾ ਆ ਕਿ ਇੱਕ ਤਾਂ ਪਹਿਲਾਂ ਮਹਿੰਗਾਈ ਨੂੰ ਘਟਾਇਆ ਜਾਵੇ, ਦੂਜੀ ਗੱਲ ਜਿਹੜੀ ਇਹ ਚੋਰ ਆ ਇਹਨਾਂ ਨੂੰ ਕਿੱਥੇ ਬੈਠੀ ਆ ਪੁਲਿਸ, ਕਿਉਂ ਨੀ ਫੜ ਰਹੀ ਆ? ਅੱਜ ਨੂੰ ਸਾਡੇ ਤੁਸੀਂ ਚੈਨਲ ਤੇ ਵੀ ਦੇਖਦੇ ਹੋ ਜਾਂ ਕਿਸੇ ਹੋਰ ਵੀ ਨਿਊਜ਼ ਚੈਨਲਾਂ ਤੇ ਦੇਖਦੇ ਹੋ, ਚੋਰੀਆਂ ਜਿਹੜੀਆਂ ਚੋਰੀਆਂ ਦੀਆਂ ਘਟਨਾਵਾਂ ਹੋਈਆਂ ਆ, ਕਿਸੇ ਦਾ ਸਕੂਟਰ, ਮੋਟਰਸਾਈਕਲ, ਗਹਿਣੇ ਗੱਟੇ ਜਾਂ ATM ਚ ਚੋਰੀ ਹੋਈ ਆ, ਕੋਈ ਵੀ ਪ੍ਰਸ਼ਾਸਨ ਜਾਂ ਪੁਲਿਸ ਨੇ ਅੱਜ ਨੂੰ ਕੋਈ ਸਫਾਈ ਦਿੱਤੀ ਆ ਕਿ ਅਸੀਂ ਇਹ ਚੋਰ ਨੂੰ ਫੜ ਲਿਆ ਜਾਂ ਇਹਨਾਂ ਦਾ ਸਮਾਨ ਜਿਹੜਾ ਦਾ ਚੋਰੀ ਹੋਇਆ ਸੀ ਇਹ ਜ਼ਬਤ ਹੋ ਗਿਆ ਆ? ਅਨੁਸ਼ਕਾ ਜੀ, ਹੁਣ ਤੇ ਫਿਲਹਾਲ ਤੁਸੀਂ ਇਹ ਦੇਖ ਲਓ ਕਿ ਜਗ੍ਹਾ ਜਗ੍ਹਾ CCTV ਕੈਮਰੇ ਲੱਗੇ। ਹਾਂਜੀ, ਚੋਰਾਂ ਨੂੰ ਪਹਿਲਾਂ ਤਾਂ ਇੱਕ ਆਮ ਬੰਦੇ ਨੂੰ ਵੀ ਦਹਿਸ਼ਤ ਹੁੰਦੀ ਸੀ ਵੀ ਯਾਰ ਮੈਂ ਜੇ ਗਲਤ ਕੰਮ ਕੋਈ ਕੀਤਾ ਤੇ ਮੈਂ ਜਿਹੜਾ ਹੈਗਾ CCTV ਕੈਮਰੇ ਦੇ ਵਿੱਚ ਕੈਦ ਹੋ ਜਾਏਗਾ, ਮੇਰੀ ਵੀਡੀਓ ਵਾਇਰਲ ਹੋ ਜਾਏਗੀ,
बदनामी का कारण बनेगा। लेकिन हूं तो जगह 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 कैमरे लगे होने के बावजूद भी चोरों को डर ही नहीं रहा, डर ही नहीं रहा है, कोई डर नहीं रहा है। जे करते भी है चोरी किसी वे कैमरे कवर कर देंगे या अपना फेस कवर कर लेंगे। दोस्तों असं भी देखते हैं कि बहुत सारिया चोरिया जड़िया है कीतिया गई है चोरों वालों, तो वह स्पष्ट रूप दे सीसीटीवी कैमरे दे शक्ल भी आई। हाँ जी, ਜਿਹੜੀ ਮਾਡਲ ਟਾਊਨ ਦੀ ਖਬਰ ਤੁਸੀਂ ਦਿਖਾਈ ਸੀ ਹੈਗੀ ਹਾਂ, ਬਿਲਕੁਲ ਸ਼ਕਲ ਸਾਫ ਨਜ਼ਰ ਆ ਰਹੀ ਹੈ। ਉਸ ਬੰਦੇ ਨੇ ਇੱਕ ਮੋਟਰਸਾਈਕਲ ਚੋਰੀ ਹੋਇਆ ਹੈਗਾ। ਹਾਂਜੀ ਹਾਂਜੀ, ਉਹਦੇ ਵਿੱਚ ਵੀ ਸਪਸ਼ਟ ਆਈ ਹੈ, ਉਹਦੇ ਬਾਵਜੂਦ ਵੀ ਜਿਹੜਾ ਹੈ ਸਪਸ਼ਟ ਆ ਗਿਆ। ਛੋਟਾ ਜਿਹਾ ਸ਼ਹਿਰ ਹੈਗਾ, ਚੋਰ ਨੂੰ ਅਗਰ ਪੁਲਿਸ ਪਕੜਨੀ ਚਾਹੇ, ਲੱਭਣੀ ਚਾਹੇ, ਟ੍ਰੇਸ ਕਰਨਾ ਚਾਹੇ ਤੇ ਟ੍ਰੇਸ ਹੋ ਸਕਦਾ। ਇਹ ਜਿਹੜੀ ਇਹ ਹੁਣ ਕਵਰ ਕਿਉਂ ਨਹੀਂ ਕਰ ਰਿਹਾ ਉਹ ਆਪਣਾ ਫੇਸ, ਕਿਉਂਕਿ ਉਹਨਾਂ ਦੀ ਹਿੰਮਤ ਬਹੁਤ ਵੱਧ ਚੁੱਕੀ ਹੈਗੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੁਲਿਸ ਨੇ ਸਾਡਾ ਕੁਝ ਵਿਗਾੜਿਆ ਹੀ ਨਹੀਂ ਹੈਗਾ, ਪੁਲਿਸ ਨੇ ਸਾਡੇ ਪ੍ਰਤੀ ਕੋਈ ਕਾਰਵਾਈ ਕੀਤੀ ਨਹੀਂ ਹੈਗੀ। ਹੁਣ ਅਸੀਂ ਏਦਾਂ ਹੀ ਆਪਣਾ ਮਤਲਬ ਮੂੰਹ ਦਿਖਾ ਕੇ ਸਰੇਆਮ ਚੋਰੀਆਂ ਕਰਾਂਗੇ। ਉਹ ਚੈਲੰਜ ਕਰ ਰਹੇ ਆ, ਇੱਕ ਚੈਲੰਜ ਕਰ ਰਹੇ ਆ, ਚੈਲੰਜ ਕਰ ਰਹੇ ਆ ਵੀ ਲੈ ਵੀ ਆਪਾਂ ਆਏ ਆ ਚੋਰੀ ਕਰਾਂ, ਵੀ ਜਿਹੜਾ ਫੋਟੋ ਦੇ ਵਿੱਚ ਵੀ ਆ ਜਾਣ ਤੇ ਖਿੱਚ ਲਓ, ਜਿਹੜੀ ਫੋਟੋ ਖਿੱਚਣੀ ਆ ਵੀ ਜੋ ਕਰਨਾ ਹੈਗਾ ਕਰ ਲਓ। ਇਹਦੇ ਨਾਲ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਦਹਿਸ਼ਤ ਦਾ ਮਾਹੌਲ ਆਮ ਨਾਗਰਿਕ ਦੇ ਵਿੱਚ ਪਿਆ ਹੈਗਾ। ਕੋਈ ਵੀ ਬੰਦਾ ਇਸ ਵੇਲੇ ਜਿਹੜਾ ਆਪਣੇ ਘਰ ਨੂੰ ਆਪਣੀ ਦੁਕਾਨ ਨੂੰ ਖਾਲੀ ਛੱਡ ਕੇ ਜਿਸ ਵੇਲੇ ਜਾਂਦਾ ਹੈ ਤੇ ਹਮੇਸ਼ਾ ਉਹਦੇ ਮਨ ਦੇ ਵਿੱਚ ਡਰ ਲੱਗਿਆ ਰਹਿੰਦਾ ਹੈ। ਜਦ ਤੱਕ ਉਹ ਘਰ ਆਪਣੇ ਆ ਕੇ ਦੇਖਦਾ ਹੈਗਾ ਵੀ ਬਿਲਕੁਲ ਕੁਸ਼ਲ ਮੰਗਲ ਹੈ, ਸਭ ਕੁਛ ਠੀਕ ਹੈਗਾ, ਉਦੋਂ ਜਾ ਕੇ ਤਸੱਲੀ ਹੁੰਦੀ ਹੈ। ਵਰਨਾ ਹਰ ਕੋਈ ਚਾਹੁੰਦਾ ਹੈਗਾ ਕਿ ਮੈਂ ਆਪਣੇ ਘਰ ਜਿਹੜਾ ਕਿਸੇ ਨੂੰ ਛੱਡ ਕੇ ਜਾਵਾਂ। ਤੁਸੀਂ ਇਹ ਦੇਖੋ ਕਿੰਨੀ ਮਹਿੰਗਾਈ ਦੇ ਵਿੱਚ ਇੱਕ ਮਿਡਲ ਕਲਾਸ ਫੈਮਿਲੀ ਨੂੰ ਲੈ ਲਓ ਕਿ ਉਹ ਬੰਦਾ ਚਾਹੇ 500,000 ਰੁਪਇਆ ਜਿੱਦਾਂ ਮਰਜ਼ੀ ਕਰਕੇ ਜੋੜ ਕੇ ਜਾਂ ਇੰਸਟਾਲਮੈਂਟ ਤੇ ਕੋਈ ਚੀਜ਼ ਬਣਾਉਂਦਾ ਹੈ ਤੇ ਚੋਰ ਇੱਕ ਮਿੰਟ ਨਹੀਂ ਲਾਉਂਦੇ। ਅੱਛਾ, ਫਿਰ ਇੱਕ ਹੋਰ ਗੱਲ ਹੈਗੀ ਆ, ਜਿਹੜੀ ਚੀਜ਼ ਤੁਸੀਂ 25-30-40,000 ਰੁਪਏ ਦੀ ਖਰੀਦੀ ਹੈਗੀ ਆ ਔਰ ਚੋਰ ਜਿਹੜਾ ਹੈਗਾ ਉਸਨੂੰ ਜਾ ਕੇ 10,000 ਚ ਵੇਚ ਰਿਹਾ, ਨੁਕਸਾਨ ਜਿਹੜਾ ਹੈਗਾ ਦੋਨੋਂ ਪਾਸੇ ਹੋ ਰਿਹਾ, ਦੋਨੋਂ ਪਾਸੇ ਹੋ ਰਿਹਾ। ਸੋ ਬਹੁਤ ਮਿਹਨਤ ਕਸ਼ ਦੇ ਨਾਲ ਲੋਕ ਜਿਹੜਾ ਹੈ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਚਲਾਉਂਦੇ ਹੈਗੇ ਆ, ਕੋਈ ਚੀਜ਼ ਪਰਚੇਜ ਕਰਦਾ ਹੈਗਾ ਤੇ ਚੋਰ ਜਿਹੜੇ ਹੈਗੇ ਆ ਮਿੰਟ ਲਾਉਂਦੇ ਚੋਰੀ ਕਰਨ। ਅਨੁਸ਼ਕਾ ਜੀ, ਹੁਣ ਤੇ ਚੋਰਾਂ ਨੂੰ ਇਹ ਵੀ ਪਤਾ ਲੱਗ ਚੁੱਕਾ ਹੈ ਕਿ ਗਹਿਣੇ ਅਸਲੀ ਕਿਹੜੇ ਤੇ ਨਕਲੀ ਕਿਹੜੇ। ਬਹੁਤ ਸਾਰੇ ਇਦਾਂ ਦੇ ਵੀ ਜਿਹੜੇ ਦੇਖਣ ਨੂੰ ਮਿਲਦੇ ਹੈਗੇ ਆ, ਉਹ ਗਹਿਣੇ ਇਕੱਠੇ ਹੀ ਪਏ ਹੋਣਗੇ, ਮਤਲਬ ਜੇ ਬਾਕਸ ਲੱਗ ਵੀ ਹੈਗਾ ਕਿਸੇ ਨੇ ਅਲਮਾਰੀ ਚ ਰੱਖਿਆ ਤੋ ਉਹਨਾਂ ਨੂੰ ਪਤਾ ਸੋਨੇ ਦੇ ਲੈ ਜਾਣਗੇ, ਜਿਹੜੇ ਦੂਜੇ ਆਰਟੀਫਿਸ਼ਲ ਹੈਗੇ ਉਹ ਛੱਡ ਕੇ ਚਲ ਜਾਣਗੇ, ਜਿਹਦੇ ਬਾਰੇ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਆਰਟੀਫਿਸ਼ਲ ਕਿਹੜੇ ਤੇ ਸੋਨੇ ਦੇ ਕਿਹੜੇ ਹੈਗੇ, ਪਰ ਉਹਨਾਂ ਨੂੰ ਸਭ ਕੁਝ ਪਤਾ ਹੈ। ਚੋਰ ਬਹੁਤ ਸ਼ਾਤਰ ਹੋ ਚੁੱਕੇ ਆ ਸਰ, ਚੋਰ ਜੇ ਚੋਰਾਂ ਦੀ ਜਿਹੜੀ ਹਿੰਮਤ ਆ ਉਹ ਇਹਨਾਂ ਪੁਲਿਸ ਵਾਲਿਆਂ ਨੇ ਵਧਾਈ ਆ। ਮੈਂ ਤਾਂ ਪੁਲਿਸ ਵਾਲਿਆਂ ਨੂੰ ਹੀ ਪ੍ਰਸ਼ਾਸਨ ਨੂੰ ਹੀ ਇਹਨਾਂ ਨੂੰ ਦੋਸ਼ੀ ਠਹਿਰਾਵਾਂਗੀ ਜਿਹਨਾਂ ਨੇ ਇਹਨਾਂ ਦੀ ਹਿੰਮਤ ਵਧਾਈ ਆ ਕਿ ਜਿਹੜੇ ਅੱਜ ਕੱਲ ਸਰੇਆਮ ਆਪਣਾ ਹੁਣ ਮੂੰਹ ਨੰਗਾ ਕਰਕੇ ਜਿਹੜੀਆਂ ਚੋਰੀਆਂ ਕਰਦੇ ਆ ਔਰ ਦਿਨ ਦਿਹਾੜੇ ਚੋਰੀਆਂ। ਕੱਲ ਵੀ ਤੁਸੀਂ ਦੇਖਿਆ ਸਾਡੇ ਚੈਨਲ ਤੇ ਟੋਬੀਆਂ ਵਾਲੀ ਗਲੀ ਚ ਜਿਹੜੀ ਕਿਸ ਤਰ੍ਹਾਂ ਵਿਚਾਰਾ ਬਜ਼ੁਰਗ ਬੰਦੇ ਨੂੰ ਨੀ ਛੱਡਿਆ ਹੈਗਾ ਦਿਨ ਦਿਹਾੜੇ, ਕਿੱਦਾਂ ਕਿੰਨੀ ਹਿੰਮਤ ਹੋ ਗਈ ਹੈ ਵੀ ਦਿਨ ਦਿਹਾੜੇ ਇੱਕ ਗਰਮੀਆਂ ਦਾ ਟਾਈਮ ਆ ਤੁਸੀਂ ਦਿਨ ਦਿਹਾੜੇ ਵਿੱਚ ਜਾ ਕੇ ਕਿੱਦਾਂ ਚੋਰੀ ਕਰ ਸਕਦੇ ਹੋ ਕਿਸੇ ਦੇ ਘਰ। ਦਸੂਆ, ਮਕੇਰੀਆਂ, ਟਾਂਡਾ, ਲਗਾਤਾਰ ਚੋਰੀਆਂ ਦੀਆਂ ਖਬਰਾਂ ਆ ਰਹੀਆਂ ਹੈਗੀਆਂ ਦੋਸਤੋ, ਇੱਥੇ ਤੱਕ ਕਿ ਇੱਕ ਏਟੀਐਮ ਦਾ ਪਹਿਲਾਂ ਜਿਹੜਾ ਉਹਦਾ ਸ਼ਟਰ ਕੱਟਿਆ ਗਿਆ, ਸ਼ਟਰ ਤੋਂ ਬਾਅਦ ਏਟੀਐਮ ਨੂੰ ਕੱਟਿਆ। ਮੇਰਾ ਖਿਆਲ ਆ ਕਿ ਅੱਧਾ ਪੌਣਾ ਘੰਟਾ ਉਹਨਾਂ ਨੇ ਚੋਰਾਂ ਨੇ ਲਗਾਇਆ, ਗੈਸ ਕਟਰ ਲੈ ਕੇ ਆ ਜਾ ਕੇ ਛੜੇ ਆਮ 5-6 ਜਾਣੇ ਜਿਹੜੇ ਆ ਉਹ ਗੈਸ ਕਟਰ ਦੇ ਨਾਲ ਏਟੀਐਮ ਨੂੰ ਕੱਟਦੇ ਨੇ, ਉਹਦੇ 3-4 ਪਾਰਟ ਕਰ ਦਿੰਦੇ, ਉਹਦੇ ਵਿੱਚੋਂ 17 ਲੱਖ ਰੁਪਏ ਦੇ ਕਰੀਬ ਜਿਹੜਾ ਹੈਗਾ ਚੋਰ ਲੈ ਕੇ ਫਰਾਰ ਹੋ ਜਾਂਦੇ ਨੇ। ਤੇ ਇਹ ਸਿੱਧੀ ਸਿੱਧੀ ਜਿਹੜੀ ਆ ਪੁਲਿਸ ਨੂੰ ਚੈਲੇਂਜ ਕਰਕੇ ਗਏ ਹੈਗੇ। ਹੁਣ ਪੁਲਿਸ ਇਸ ਚੈਲੇਂਜ ਨੂੰ ਸਵੀਕਾਰ ਕਰਦੀ ਆ ਜਾਂ ਨਹੀਂ ਕਰਦੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਘੰਟੇ ਦੇ ਵਿੱਚ ਤੁਸੀਂ ਇਹ ਦੇਖੋ ਏਟੀਐਮ ਦੇ ਲਾਗੇ ਉਹ ਪੁਲਿਸ ਵਾਲੇ ਗਏ ਨਹੀਂ, ਗੁਜ਼ਰੇ ਨਹੀਂ, ਕੋਈ ਡਿਊਟੀ ਉਹਨਾਂ ਦੀ ਕੀਤੀ ਨਹੀਂ। ਡਿਊਟੀਆਂ ਪਹਿਲਾਂ ਆਮ ਤੌਰ ਤੇ ਹਰ ਰੋਜ਼ ਜਿਹੜੀਆਂ ਦਸਤੀਆਂ ਡਿਊਟੀਆਂ ਲੱਗਦੀਆਂ ਹੁੰਦੀਆਂ ਸੀ, ਰਾਤ ਨੂੰ ਮੋਟਰਸਾਈਕਲ ਦੇ ਉੱਤੇ ਜਿਹੜੇ ਹੈਗੇ ਆ ਸਰਕਾਰ ਨੇ ਮੋਟਰਸਾਈਕਲ ਦਿੱਤੇ ਹੋਏ ਆ। ਪੀਸੀਆਰ ਬਿਲਕੁਲ ਅੱਜ ਕੱਲ ਹੈ ਨਹੀਂ, ਪੀਸੀਆਰ ਤਾਂ ਹੈ ਹੀ ਨਹੀਂ, ਪੀਸੀਆਰ ਦਿਖਦੀ ਨਹੀਂ। ਡਿਊਟੀਆਂ ਲੱਗੀਆਂ ਹੋਣ ਜਾਂ ਕਿ ਚੋਰੀ ਚੋਰ ਨੂੰ ਜਿਹੜਾ ਹੈਗਾ ਕੁਛ ਦਹਿਸ਼ਤ ਹੋਵੇ, ਪਰ ਉਹ ਹੌਲੀ ਹੌਲੀ ਜਿਹੜਾ ਹੈਗਾ ਵਾ ਹੌਸਲੇ ਇਸੇ ਕਰਕੇ ਵੱਧ ਰਹੇ ਨੇ। ਇਸੇ ਤਰ੍ਹਾਂ ਜਿਹੜਾ ਹੈਗਾ ਨਸ਼ਾ ਜਿਹੜਾ ਹੈਗਾ ਔਰ ਬੇਰੋਜ਼ਗਾਰੀ ਇਹ ਚੋਰੀ ਦਾ ਜਿਹੜਾ ਹੈਗਾ ਵਾ ਮੇਨ ਮੁੱਖ ਕਾਰਨ ਜਿਹੜਾ ਹੈਗਾ। ਸਰਕਾਰ ਨੂੰ, ਪ੍ਰਸ਼ਾਸਨ ਨੂੰ ਜਿਹੜਾ ਇਸ ਚੀਜ਼ ਦੇ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਤਾਂ ਜੋ ਆਮ ਜਿਹੜਾ ਆਮ ਨਾਗਰਿਕ ਜਿਹੜਾ ਹੈਗਾ ਉਹਦੇ ਉੱਤੇ ਚੋਰੀ ਦੀ ਜਿਹੜੀ ਮਾਰ ਜਿਹੜੀ ਆ ਨਾ ਪਵੇ, ਹਰ ਕੋਈ ਖੁਸ਼ਹਾਲ ਰਹਿ ਸਕੇ। ਬਿਲਕੁਲ, ਕਿਉਂ ਜੀ।
बिल्कुल जी बिल्कुल। कुछ कहना चाहते हैं? मैं तो प्रशासन को यही कहना चाहनी हाँ कि देखो अजकल जेडे एक घर के दो तीन मैंबर जेडे कमान ही घर दिया घर चलता है। बेचारे बहुत ही मेहनत के नाल अपना घर नूं गुजारा करते हैं जो कोई चीज बनाते हैं तो चोर एक सैकेंड नहीं लाते उन्होंने अद्धे अद्धे मुल से जाके चीजा बेच रहे हैं। मैं प्रशासन को यही कहना चाहनी हाँ रिक्वेस्ट कह लो या मंग कह लो कि तुसी इस चीज नूं बिल्कुल एक ध्यान दो कि ये चोरिया दी जिहड़ियां वारदातां जिहड़ियां हो रही एक तो महंगाई घटाओ ठीक है और नौकरिया दो रोजगार नौकरी आम आदमी पार्टी ने कहा 36,000 नौकरिया दवांगे बहुत सारी कई बार कह रही स्पीचा जाके सुनते केजरीवाल साहब दी दूजी स्टेट आप नौकरिया देती है क्या यार एनी देखो होप्स दे नाल एक सरकारां नूं लोग आम जनता खड़ी करदी है भी चलो हुण असीं इस सरकार नूं परख के देखदे आ दूसरी सरकार नूं असीं इक मौका दे के देखदे आ लेकिन कोई भी सरकार जेड़ी है उहनूं खरी नहीं उतरी हैगी नजर आ रही है इस गल्ल नूं मजबूर होना पै रहा हैगा जिहड़ी मर्जी सरकार आ जावे हां जी आम नागरिक नूं जिहड़ा इह कुछ जिहड़ा तशद्दुद जिहड़ा चलना झेलना पैंदा आ सो हाथ जोड़ के मेरा ख्याल अभी भी बेनती करते प्रशासन की पुलिस विभाग की डिपार्टमेंट जो पुलिस का होगा उन्होंने भी हाथ जोड़ के बेनती है कि भाई चोरी के उत्ते ठल पाने कोई ना कोई जरा अच्छा प्रयास करो पुलिस ड्यूटियां जीडिया बद तो बद और लोगों को भी चाहिए है जिथे जोड़ा है पुलिस दोषी हैगी आम नागरिक भी दोषी है अपने घर पता कि हाँ चोरिया हो रही है अपने घर सुनना छ ना जाओ ता जो जरा है चोरी तो बचाव हो सके। आज इन्नी ही चर्चा सानू दिओ इजाजत धन्यवाद शुक्रिया मेहरबानी।